ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 12th ਕਲਾਸ ਦੀ ਇੰਗਲਿਸ਼ ਦੀ ਬੁੱਕ ਦਾ ਲੈਸਨ ਨੰਬਰ 16 ਪ੍ਰੈਸੀ ਰਾਈਟਿੰਗ ਤੇ ਉਹਦੀ ਆਖਰੀ ਐਕਸਰਸਾਈਜ਼ ਨੰਬਰ 12 ਇਸ ਵੀਡੀਓ 'ਚ ਅਸੀਂ ਕਰਨ ਜਾ ਰਹੇ ਹਾਂ ਸੋ ਤੁਸੀਂ ਸਾਰੇ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੇ ਤੇ ਸਮਝੋ ਤੇ ਜਿਹੜੀ ਪ੍ਰੈਸੀ ਤੁਹਾਡੇ ਲਈ ਤਿਆਰ ਕੀਤੀ ਗਈ ਹੈ ਉਹਨੂੰ ਨਾਲ ਦੇ ਨਾਲ ਤੁਸੀਂ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਸ ਐਕਸਰਸਾਈਜ਼ ਦਾ ਆਪਣੇ ਆਪ ਵੀ ਅਭਿਆਸ ਤੁਸੀਂ ਜ਼ਰੂਰ ਕਰਨਾ ਹੈ ਸੋ ਸ਼ੁਰੂ ਕਰੀਏ ਸੋ ਬੱਚਿਓ ਪਹਿਲੇ ਅਸੀਂ ਪੈਰਾਗ੍ਰਾਫ ਇਹ ਪੂਰਾ ਪੜਾਂਗੇ ਇਹ ਜੇ ਅਰਥ ਤੋਂ ਦੱਸਾਂਗੇ ਤੇ ਤੁਹਾਨੂੰ ਪਤਾ ਹੈ ਕਿ ਜਿਹੜੀ ਪ੍ਰੈਸੀ ਏ ਉਹ ਕਿਸੇ ਪੈਸੇਜ ਦਾ ਪੈਰਾਗ੍ਰਾਫ ਦਾ ਨਿਚੋੜ ਹੁੰਦਾ ਹੈ ਤਤਸਾਰ ਹੁੰਦਾ ਹੈ ਤੇ ਪ੍ਰੈਸੀ ਦਾ ਜਿਹੜਾ ਮੋਟਾ-ਮੋਟਾ ਸੂਲ ਏ ਕਿ ਐ ਮੂਲ ਪੈਰਾਗ੍ਰਾਫ ਦਾ 1/3 ਹਿੱਸਾ ਹੁੰਦਾ ਹੈ ਅਰਥਾਤ ਜਿੰਨੇ ਸ਼ਬਦ ਮੂਲ ਪੈਰਾਗ੍ਰਾਫ ਵਿੱਚ ਨੇ ਪ੍ਰੈਸੀ ਵਿੱਚ ਉਹਦੇ 1/3 ਹੁੰਦੇ ਨੇ 1/3 ਹੁੰਦੇ ਨੇ ਜਾਂ ਤੁਸੀਂ ਇਹ ਕਹਿ ਸਕਦੇ ਹੋ ਜਿੰਨੀਆਂ ਲਾਈਨਾਂ ਉਹਦੇ ਵਿੱਚ ਨੇ ਉਹਦੀਆਂ ਇਹ ਤੀਜਾ ਹਿੱਸਾ ਹੁੰਦੀਆਂ ਇਹ ਜਿਹੜਾ ਪੈਰਾਗ੍ਰਾਫ ਏ ਦੋ ਸਲਾਈਡਾਂ ਵਿੱਚ ਇਹ ਜੀ ਮੈਂ ਇਹ ਗਿਣ ਕੇ ਦੇਖਿਆ ਕਿ 15 ਪੰਕਤੀਆਂ ਨੇ ਸੋ 15 ਵਟਾ 3 3 ਪੰਜੇ 15 ਸੋ ਸਾਡੀ ਜਿਹੜੀ ਪ੍ਰੈਸੀ ਇਹ ਹੈਗੀ ਏ ਉਹ ਤਕਰੀਬਨ ਤਕਰੀਬਨ 5 ਪੰਕਤੀਆਂ ਦੀ ਤਿਆਰ ਹੋਏਗੀ ਪਰ ਬੱਚੋ ਇੱਕ ਤਿਹਾਈ ਹਿੱਸੇ ਦਾ ਮਤਲਬ ਇਹ ਨਹੀਂ ਕਿ ਦੋ ਕ ਲਾਈਨਾਂ ਉੱਪਰੋਂ ਲੈ ਲਈਆਂ ਦੋ ਕ ਲਾਈਨਾਂ ਗੱਭਿਓ ਲੈ ਲਈਆਂ ਕਿ ਦੋ ਕ ਲਾਈਨਾਂ ਥੱਲੋਂ ਲੈ ਲਈਆਂ ਤੇ ਪ੍ਰੈਸੀ ਤਿਆਰ ਕਰਤੀ ਇਸ ਤਰ੍ਹਾਂ ਤੁਹਾਨੂੰ ਕੋਈ ਨੰਬਰ ਨਹੀਂ ਮਿਲਣਗੇ ਇਹ ਚ ਕਾਪੀ ਪੇਸਟ ਵਾਲੀ ਗੱਲ ਨਹੀਂ ਹੁੰਦੀ ਪ੍ਰੈਸੀ ਆਪਣੇ ਸ਼ਬਦਾਂ ਵਿੱਚ ਲਿਖਣੀ ਹੁੰਦੀ ਹੈ ਤੇਰਾ ਤਰੀਕਾ ਹੁੰਦਾ ਹੈ ਕਿ ਪੈਰਾਗ੍ਰਾਫ ਨੂੰ ਇੱਕ ਵਾਰ ਘੱਟ ਤੋਂ ਘੱਟ ਦੋ ਵਾਰ ਤੇ ਪੜ੍ਹਨੀ ਪਰ ਬੈਟਰ ਵਧੀਆ ਹੋਵੇਗਾ ਜੇ ਤੁਸੀਂ ਤਿੰਨ ਵਾਰ ਪੜ੍ਹੋ ਇੱਕ ਵਾਰ ਪੜ੍ਹੋ ਦੂਜੀ ਵਾਰ ਪੜ੍ਹੋ ਤੀਜੀ ਵਾਰ ਪੜ੍ਹਦੇ ਹੋ ਇਹ ਵੀ ਤੁਸੀਂ ਅੰਡਰਲਾਈਨ ਕਰ ਲੈਣੀ ਹੈ ਤੇ ਜਿਹੜੀ ਜਿਹੜੀ ਮੇਨ ਮੇਨ ਗੱਲਾਂ ਨੇ ਮੁੱਖ ਮੁੱਖ ਗੱਲਾਂ ਨੇ ਉਹਨਾਂ ਨੂੰ ਅੰਡਰਲਾਈਨ ਕਰਨਾ ਹੈ ਜਿਹੜੇ ਉਦਾਹਰਣ ਦਿੱਤੇ ਗਏ ਨੇ ਉਹਨੂੰ ਛੱਡ ਦਿੱਤਾ ਜਾਵੇ ਜਿਹੜੀ ਵਿਆਖਿਆ ਕੀਤੀ ਗਈ ਉਹਨੂੰ ਛੱਡ ਦਿੱਤਾ ਜਾਵੇ ਤੇ ਜਿਹੜੇ ਕੋਈ ਕੋਟੇਸ਼ਨਸ ਦਿੱਤੀਆਂ ਹੋਈਆਂ ਉਹਨਾਂ ਨੂੰ ਛੱਡ ਦਿੱਤਾ ਜਾਵੇ ਕੇਵਲ ਗੱਲ ਗਲ ਦੋਹराई ਹੋਈ ਹੁੰਦੀ ਹੈ ਧਿਆਨ ਦੇ ਨਾਲ ਪੜ੍ਹੋ ਤੇ ਦੂਜੇ ਸ਼ਬਦਾਂ ਵਿੱਚ ਉਹੀ ਗੱਲ ਕਹੀ ਹੁੰਦੀ ਜੋ ਪਹਿਲੀ ਲਾਈਨ 'ਚ ਕਹੀ ਹੁੰ ਤੇ ਉਹਨੂੰ ਵੀ ਛੱਡ ਸਕਦੇ ਆ ਤੇ ਜਿੱਥੇ ਕੋਈ ਗੱਲਾਂ ਐਸੀਆਂ ਨੇ ਛੋਟੀ ਜੀ ਗੱਲ ਕੰਮ ਦੀ ਹੈ ਪੂਰੇ ਸੈਂਟੈਂਸ ਵਿੱਚ ਅੱਗੇ ਛੋਟੀ ਜੀ ਗੱਲ ਹੈਗੀ ਦੂਜੇ ਸੈਂਟੈਂਸ ਵਿੱਚ ਤੇ ਉਹ ਦੋਨੋਂ ਕੰਮ ਦੀਆਂ ਗੱਲਾਂ ਨੂੰ ਜੋੜ ਕੇ ਦੋ ਸੈਂਟੈਂਸਾਂ ਨੂੰ ਤਿੰਨ ਸੈਂਟੈਂਸਾਂ ਨੂੰ ਜੋੜ ਕੇ ਇੱਕ ਸੈਂਟੈਂਸ ਬਣਾਇਆ ਜਾ ਸਕਦਾ ਹੈ ਇਸ ਤਰ੍ਹਾਂ ਜਿਹੜੀ ਇਹ ਫਿਰ ਪ੍ਰੈਸੀ ਚਾਰ ਕੀਤੀ ਜਾ ਸਕਦੀ ਹੈ ਚ ਆਪਣੇ ਸ਼ਬਦ ਵਰਤਨੇ ਹੁੰਦੇ ਨੇ ਠੀਕ ਹੈ ਹੁਣ ਅਸੀਂ ਪੈਰਾਗ੍ਰਾਫ ਪੜਾਂਗੇ ਪਰ ਨਾਲ ਨਾਲ ਮੈਂ ਇਹ ਤੁਹਾਨੂੰ ਅਰਥ ਵੀ ਦੱਸ ਦਵਾਂਗਾ ਫਾਰ ਅ ਰਿਲੀਜੀਅਨ ਟੂ ਬੀ ਇਫੈਕਟਿਵ ਇਨਥੂਸੀਆਜ਼ਮ ਇਜ਼ ਨੈਸੈਸਰੀ ਇਨਥੂਸੀਆਜ਼ਮ ਉਹਦਾ ਜੋਸ਼ ਨੈਸੈਸਰੀ ਮਨੇ ਜ਼ਰੂਰੀ ਇਫੈਕਟਿਵ ਮਨੇ ਅਸਰਦਾਰ ਕਿਸੇ ਵੀ ਤਰ੍ਹਾਂ ਦੇ ਅਸਰਦਾਰ ਹੋਣ ਲਈ ਜੋਸ਼ ਜ਼ਰੂਰੀ ਹੈ ਐਟ ਦਾ ਸੇਮ ਟਾਈਮ ਮੇਰੇ ਨਾਲ ਦੇ ਨਾਲ ਵੀ ਮਸਟ ਟ੍ਰਾਈ ਟੂ ਅਵੋਇਡ ਦੀ ਡੇਂਜਰ ਆਫ ਮਲਟੀਪਲਾਈਂਗ ਆਫ ਗ੍ਰੀਟਸ ਪਰ ਨਾਲ ਦੇ ਨਾਲ ਸਾਨੂੰ ਇਸ ਗੱਲ ਦਾ ਵੀ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਬਹੁਤ ਸਾਰੀਆਂ ਸੰਪਰਦਾਵਾਂ ਮਲਕੀ ਉਹਦੀਆਂ ਸ਼ਾਖਾਵਾਂ ਬਣ ਜਾਣ ਦੇ ਖਤਰੇ ਤੋਂ ਬਚੀਏ ਫਿਰ ਕਹਿੰਦੇ ਵੀ ਅਵੋਇਡ ਇਹਨੂੰ ਮੈਂ ਛੱਡ ਦਿੰਦਾ ਕਿਉਂ ਮੈਂ ਐ ਲਾਈਨ ਇਸ ਕਰਕੇ ਛੱਡੀ ਹੈ ਕਿ اسی ਗਲਤੀ ਵਿਆਖਿਆ ਅਗਲੀ ਰੈਂਜ ਕੀਤੀ ਗਈ ਹੈ ਸੋ اسی ਗੱਲ ਨੂੰ ਦੁਹਰਾਇਆ ਗਿਆ ਦੂਜੇ ਰੂਪ ਦੇ ਵਿੱਚ ਇਹ ਕਿੱਦਾਂ ਕਰਨਾ ਹੈ ਸੋ ਕਹਿੰਦੇ ਵੀ ਅਵਾਇਡ ਥੈਟ ਬਾਏ ਬੀਇੰਗ ਅ ਨਾਨ ਸੈਕਟੇਰੀਅਨ ਸੈਕਟ ਸੈਕਟ ਹੁੰਦਾ ਬੱਚਿਓ ਕੋਈ ਧਰਮ ਮਤਲਬ ਕਿ ਗਰੁੱਪ ਤੇ ਨਾਨ ਸੈਕਟੇਰੀਅਨ ਹੁੰਦਾ ਜਿਹੜਾ ਕਿ ਇਹ ਦੂਜਿਆਂ ਨੂੰ ਨਾਲ ਲੈ ਕੇ ਚੱਲੇ ਜੋ ਏਕੇ ਵਿੱਚ ਵਿਸ਼ਵਾਸ ਰੱਖੇ ਕਹਿੰਦੇ ਨਾਨ ਸੈਕਟੇਰੀਅਨ ਸੈਕਟ ਵੀ ਅਸੀਂ ਉਸ ਟਾਈਪ ਦਾ ਗਰੁੱਪ ਬਣਾਈਏ ਜਿੱਚ ਦੂਜਿਆਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਮਤਲਬ ਦੂਜਿਆਂ ਨੂੰ ਵੀ ਦੂਜਿਆਂ ਨਾਲ ਲੈ ਕੇ ਚੱਲਣਾਂ ਗੱਲ ਹੋਵੇ ਅਸੀਂ ਇਸ ਤਰ੍ਹਾਂ ਇਹਨੂੰ ਇਸ ਖਤਰੇ ਨੂੰ ਐਵੋਇਡ ਕਰ ਸਕਦੇ ਆ ਹੈਵਿੰਗ ਆਲ ਦੀ ਐਡਵਾਂਟੇਜਸ ਆਫ ਅ ਸੈਕਟ ਇਹਦੇ ਨਾਲ ਜਿਹੜੇ ਇੱਕ ਗਰੁੱਪ ਦੇ ਜੋ ਫਾਇਦੇ ਹੁੰਦੇ ਨੇ ਇੱਕ ਗਰੁੱਪ ਵਿੱਚ ਟੀਮ ਦੇ ਫਾਇਦੇ ਹੁੰਦੇ ਨੇ ਉਹ ਵੀ ਸਾਰੇ ਮਿਲ ਜਾਂਦੇ ਨੇ ਐਂਡ ਦੀ ਬ੍ਰੌਡਨੈਸ ਆਫ ਅ ਯੂਨੀਵਰਸਲ ਰਿਲੀਜੀਅਨ ਤੇ ਜਿਹੜਾ ਇੱਕ ਸਰਬ ਆਲਮੀ ਧਰਮ ਹੈ ਸਰਬ ਸਾਂਝਾ ਧਰਮ ਹੈ ਉਹਦੀ ਬ੍ਰੌਡਨੈਸ ਜਿਹੜੀ ਹੈ ਉਹਦੀ ਖੁੱਲੀ ਵਿਚਾਰ ਵੀ ਪ੍ਰਾਪਤ ਹੋ ਜਾਂਦੀ ਹੁਣ ਤੁਸੀਂ ਦੇਖੋਗੇ ਬੱਚਿਓ ਐਵળી ਗੱਲ ਪਹਿਲੇ ਸੈਂਟੈਂਸ ਦੀ ਤੇ ਹੈ ਜਿਹੜੀ ਗੱਲ ਆ ਗਈ ਹੈ ਐਵਰੀਵੇ ਜਿਹੜੀ ਮੈਂ ਅੰਡਰਲਾਈਨ ਕੀਤੀਆਂ ਤੁਹੋ ਇਹਨੂੰ ਅਸੀਂ ਇਹ ਦੋਨੋਂ ਇਹ ਤਿੰਨ ਸੈਂਟੈਂਸ ਜਿਹੜੇ ਹੈਗੇ ਨੇ ਇਹਨਾਂ ਨੂੰ ਅਸੀਂ ਇੱਕ ਸੈਂਟੈਂਸ ਵਿੱਚ ਕਰਾਂਗੇ ਦੇਖੋ ਤੁਸੀਂ ਕਿੱਦਾਂ ਕਰਾਂਗੇ ਜਦੋਂ ਪ੍ਰੈਸੀ ਤਿਆਰ ਹੋ ਜਾਏ ਤੇ ਪ੍ਰੈਸੀ ਤਿਆਰ ਕੀਤੀ ਹੋਈ ਨੂੰ ਮੂਲ ਪੈਰਾਗ੍ਰਾਫ ਦੇ ਨਾਲ ਲਾ ਕੇ ਪੜ੍ਹਨਾ ਹੈ ਉਦੋਂ ਤੁਹਾਨੂੰ ਆ ਗਿਆ ਲੱਗ ਜਾਏ ਕਿ ਪ੍ਰੈਸੀ ਕਿੱਦਾਂ ਤਿਆਰ ਕੀਤੀ ਜਾਂਦੀ ਹੈ ਫਿਰ ਕਹਿੰਦੇ ਗੋਡ ਥੋ 에ਵਰੀਵੇਰ ਰੱਬ ਹਾਲਾਂਕਿ ਹਰ ਜਗ੍ਹਾ ਹੈ ਉਹ ਦੇਖੋ 에ਵਰੀਵੇਰ ਦੀਏਗਾ ਕਿਸੇ ਮੈਂ ਇੱਕ ਸ਼ਬਦ ਹੋਰ ਵਰਤਾਂਗਾ ਅਗੇ ਤੁਹਾਡੀ ਵੋਕੈਬਲਰੀ ਵੀ ਵਧੀਆ ਹੋਵੇ ਕੈਨ ਬੀ ਨੋਨ ਟੂ ਅਸ ਇਨ ਐਂਡ ਥਰੂ ਹਿਊਮਨ ਕੈਰੈਕਟਰ ਰੱਬ ਜਿਹੜਾ ਸੰਪੂਰਨ ਹੈ ਵਸਦਾ ਹੈ ਵਿਆਪਕ ਹੈ ਉਹ ਮਨੁੱਖੀ ਕਿਰਦਾਰ ਰਾਹੀਂ ਜਾਂ ਮਨੁੱਖੀ ਕਿਰਦਾਰ ਵਿੱਚ ਜਾਣਿਆ ਜਾ ਸਕਦਾ ਹੈ ਫਿਰ ਕਹਿੰਦੇ ਨੋ ਕੈਰੈਕਟਰ ਵਾਸ ਐਵਰ ਸੋ ਪਰਫੈਕਟ ਐਜ਼ ਰਾਮਾ ਕ੍ਰਿਸ਼ਨਸ ਤੇ ਕੋਈ ਵੀ ਕੈਰੈਕਟਰ ਇੰਨਾ ਆਦਰਸ਼ਨੀ ਸੀ ਜਿੰਨਾ ਰਾਮਾ ਕ੍ਰਿਸ਼ਨਾ ਦਾ ਸੀਗਾ ਐਂਡ ਦੈਟ ਸ਼ੁੱਡ ਬੀ ਦੀ ਸੈਂਟਰ ਅਰਾਊਂਡ ਵਿਚ ਵੀ ਆਲਟ ਟੂ ਰੈਲੀ ਤੇ ਕਹਿੰਦੇ ਇਹੀ ਸਾਡਾ ਜਿਹੜਾ ਧੁਰਾ ਹੋਣਾ ਚਾਹੀਦਾ ਹੈ ਜਿਹਦੇ ਆਲੇ ਦੁਆਲੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਐਟ ਦਾ ਸੇਮ ਟਾਈਮ ਅਲੋਇੰਗ एवरीवन बॉडी ਟੂ ਰਿਵਾਰਡ ਹਿਮ ਇਨ ਹਿਸ ਓਨ ਲਾਈਟ ਇਦਰ ਐਸ ਗੋਡ ਸੇਵੀਅਰ ਸੇਵੀਅਰ ਮੈਨੇਂ ਦਾ ਰਾਖਾ ਟੀਚਰ ਮੈਨੇਂ ਉਸਤਾਦ ਮਾਡਲ ਮੈਨੇਂ ਆਦਰਸ਼ ਅ ਗ੍ਰੇਟ ਮੈਨ ਜਸਟ ਐਸ ਦੀ ਪਲੀਜ਼ਿਸ ਇਹ ਸਾਰੀ ਇਹਦੀ ਵਿਆਖਿਆ ਕੀਤੀ ਗਈ ਹੈ ਵੀ ਨਾਲ ਦੇ ਨਾਲ ਅਸੀਂ ਐ ਉਸ ਬੰਦੇ ਦੇ ਛੱਡਦੀਏ ਜਿਹੜਾ ਰਾਮਾ ਕ੍ਰਿਸ਼ਨ ਨੂੰ ਆਪਣਾ ਅਦਰਸ਼ ਮੰਨਦਾ ਹੈ ਉਹਨੂੰ ਰੱਬ ਵਜੋਂ ਦੇਖਦਾ ਹੈ ਰਾਖੇ ਵਜੋਂ ਦੇਖਦਾ ਹੈ ਉਸਤਾਦ ਵਜੋਂ ਦੇਖਦਾ ਹੈ ਆਦਰਸ਼ ਵਜੋਂ ਦੇਖਦਾ ਹੈ ਜਾਂ ਇੱਕ ਮਹਾਨ ਆਦਮੀ ਵਜੋਂ ਦੇਖਦਾ ਹੈ ਉਹਦੇ ਤੇ ਛੱਡ ਦਈਏ ਕਿ ਉਹਦੇ ਤੇ ਕੋਈ ਬੰਦੀਸ਼ ਨਾ ਹੋਵੇ ਠੀਕ ਹੈ ਫਿਰ ਕਹਿੰਦੇ ਵੀ ਪ੍ਰੀਚ ਨੀਦਰ ਸੋਸ਼ਲ ਇਕਵੈਲਟੀ ਨਾ ਹੀ ਅਸੀਂ ਜਿਹੜੀ ਸਮਾਜਿਕ ਬਰਾਬਰਤਾ ਨੂੰ ਵਿਸ਼ਵਾਸ ਕਰਦੇ ਹਾਂ ਜਿਦਾ ਵੀ ਕਾਮਨਿਜ਼ਮ ਇਸ ਟਾਈਪ ਜਿਹੜਾ ਹੁੰਦਾ ਹੈ ਕਿ ਉਹ ਚ ਅਸੀਂ ਅਸੀਂ ਉਹਦਾ ਪ੍ਰਚਾਰ ਨਹੀਂ ਕਰਦੇ ਸਮਾਜਿਕ ਬਰਾਬਰਤਾ ਬਟ ਪਰ ਇਸ ਗੱਲ ਤੇ ਜ਼ੋਰ ਦਿੰਦੇ ਆ ਥੈਟ ਐਵਰੀ ਬੀਇੰਗ ਐਵਰੀ ਬੀਇੰਗ ਹੈਜ਼ ਸੇਮ ਰਾਈਟਸ ਵੀ ਹਰ ਮਨੁੱਖ ਦੇ ਹਰ ਪ੍ਰਾਣੀ ਦੇ ਇਕੋ ਜਿਹੇ ਹੱਕ ਹੁੰਦੇ ਹਨ ਐਂਡ ਇਨਸਿਸਟ ਅਪਨ ਫਰੀडम ਆਫ ਥੋਟ ਐਂਡ ਐਕਸ਼ਨ ਇਨ ਏਵਰੀ ਵੇ ਤੇ ਹਰ ਪੱਖੋਂ ਹਰ ਕਿਸੇ ਢੰਗ ਦੇ ਨਾਲ ਅਸੀਂ ਆਪਣੇ ਵਿਚਾਰ ਰੱਖਣ ਦੀ ਤੇ ਆਪਣੇ ਆਜ਼ਾਦੀ ਨਾਲ ਕੰਮ ਕਰਨ ਦੀ ਜਿਹੜੀ ਹੈ ਆਜ਼ਾਦੀ ਹੈ ਉਹਤੇ ਅਸੀਂ ਜੋਰ ਦਿੰਨੇ ਆ ਵੀ ਰਿਜੈਕਟ ਨਨ ਅਸੀਂ ਕਿਸੇ ਨੂੰ ਵੀ ਰਿਜੈਕਟ ਨਹੀਂ ਕਰਦੇ ਉਹਨੂੰ ਇੱਥੇ ਬਹੁਤ ਸਾਰੀ ਵਿਆਖਿਆ ਕੀਤੀ ਹੈ ਐਸੀ ਇਹ ਸਾਰੇ ਉਦਾਹਰਣ ਦੇਣ ਦੀ ਲੋੜ ਨਹੀਂ ਤੁਸੀਂ ਦੇਖੋਗੇ ਇਹਨੂੰ ਮੈਂ ਕਿੱਦਾਂ ਕਰਾਂਗਾ ਕਿ ਸਾਰੀ ਗੱਲ ਵਿੱਚ ਸਮਾ ਜਾਏਗੀ ਨਾਲੇ ਮੈਂ ਤੁਹਾਨੂੰ ਇਹਦੇ ਅਰਥ ਦੱਸ ਦਿੰਦਾ ਨਵੇਂ-ਨਵੇਂ ਸ਼ਬਦ ਆ ਗਏ ਨੇ ਤਾਨੂੰ ਕਈ ਇਹਨਾਂ ਦਾ ਮਤਲਬ ਨਹੀਂ ਪਤਾ ਹੁੰਦਾ। ਥੀਇਸਟ ਹੁੰਦਾ ਜੋ ਰੱਬ 'ਤੇ ਵਿਸ਼ਵਾਸ ਕਰਦਾ ਹੈ। ਥੀਇਸਟ ਇਹਦਾ ਆਪੋਜ਼ਿਟ ਹੈਗਾ ਐਥੀਇਸਟ। ਇਹ ਲੱਗਿਆ। ਐਥੀਇਸਟ ਮਤਲਬ ਅਸੀਂ ਆਮ ਤੌਰ 'ਤੇ ਪੰਜਾਬੀ ਚ ਕਹਿੰਦੇ ਹਾਂ ਥੀਇਸਟ ਮਨੇ ਆਸਤਿਕ ਤੇ ਐਥੀਇਸਟ ਮਨੇ ਨਾਸਤਿਕ ਤੇ ਪੈਂਥੀਇਸਟ ਪੈਂਥੀਇਸਟ ਹੀ ਹੁੰਦਾ। ਪੈਂਥੀਇਸਟ ਉਹ ਵਿਸ਼ਵਾਸ ਕਰਨ ਵਾਲਾ ਬੰਦਾ ਹੁੰਦਾ ਹੈ ਜਿਹੜਾ ਕਹਿੰਦਾ ਹੈ ਬ੍ਰਹਮੰਡ ਤੇ ਰੱਬ ਇੱਕੋ ਹੀ ਨੇ। ਮੋਨਿਸਟ ਮੋਨਿਸਟ ਹੁੰਦਾ ਜੋ ਮੋਨਿਜ਼ਮ ਵਿੱਚ ਵਿਸ਼ਵਾਸ ਕਰਦਾ ਹੈ। ਕਹਿੰਦਾ ਜਿਹੜੀ ਵੀ ਹੈ ਦਿਖਦਾ ਸੰਸਾਰ ਇਹਦਾ ਤਤ ਇੱਕ ਹੈਗਾ। ਇਹ ਸਾਰੀ ਰਿਐਲਿਟੀ ਦਾ ਸਬਸਟੈਂਸ ਤਾਂ ਇੱਕ ਹੈਗਾ ਉਹਨੂੰ ਕਹਿੰਦੇ ਮੋਨਿਸਟ ਪੋਲੀਥੀਸ ਹੁੰਦਾ ਪੋਲੀਮਨ ਨੇ ਬਹੁਤ سارے ਪੋਲੀਥੀਸ ਜੋ ਬਹੁਤ ਦੇਵੀ-ਦੇਵਤਿਆਂ 'ਤੇ ਵਿਸ਼ਵਾਸ ਕਰਦਾ ਹੈ ਜਿਹੜਾ ਸਾਡੇ ਹਿੰਦੂਸਤਾਨ ਵਿੱਚ ਹੈਗਾ ਗ੍ਰੀਕ ਮਾਈਥੋਲੋਜੀ ਵਿੱਚ ਵੀ ਸਿਵਾ ਰੋਮਨ ਮਾਈਥੋਲੋਜੀ ਵਿੱਚ ਵੀ ਸਿਵਾ ਹਿੰਦੂ ਮਾਈਥੋਲੋਜੀ ਵਿੱਚ ਵੀ ਹੈਗਾ ਜਿੱਥੇ ਬਹੁਤ ਸਾਰੇ ਦੇਵੀ-ਦੇਵਤਿਆਂ ਦਾ ਸੰਕਲਪ ਹੈਗਾ ਉਹਨੂੰ ਕਿਹਾ ਜਾਂਦਾ ਪੋਲੀਥੀਇਜ਼ਮ ਤਾਂ ਜਿਹੜਾ ਜਿਹੜਾ ਮਨੁੱਖ ਹੈ ਇਹਦਾ ਬਹੁਤ ਸਾਰੇ ਦੇਵੀ-ਦੇਵਤਿਆਂ 'ਤੇ ਵਿਸ਼ਵਾਸ ਕਰਦਾ ਉਹਨੂੰ ਕਿਹਾ ਜਾਂਦਾ ਪੋਲੀਥੀਸਟ ਇਹ ਕਹਿੰਦੇ ਐਗਨੋਸਟਿਕ ਐਗਨੋਸਟਿਕ ਹੁੰਦਾ ਹੈ ਥੀਸਟ ਤੇ ਅਥੀਸਟ ਵਿਚਲਾ ਭੀ ਨਾ ਨਾਸਤਿਕ ਹੈ ਨਾ ਅਸਤਿਕ ਅਰਥਾਤ ਉਹ ਦੁਬਿਧਾ ਚ ਹੈ ਉਹ ਰੱਬ ਹੈ ਜਾਂ ਨਹੀਂ ਹੈ ਉਹ ਉਹਦੇ ਬਾਰੇ ਡਾਵਾ ਡੋਲੇ ਉਹਨੂੰ ਨਾ ਤੇ ਪੂਰੀ ਤਰ੍ਹਾਂ ਨਾਸਤਿਕ ਹੈਗਾ ਤੇ ਨਾ ਪੂਰੀ ਤਰ੍ਹਾਂ ਆਸਤਿਕ ਹੈਗਾ ਉਹਨੂੰ ਕਿਹਾ ਜਾਂਦਾ ਹੈ ਇਗਨੋਸਟਿਕ ਠੀਕ ਹੈ ਫਿਰ ਐਸੀ ਇਹ ਸਾਰਿਆਂ ਨੂੰ ਅਸੀਂ ਇੱਕ ਵਿੱਚ ਲਾ ਲਾਂਗੇ ਦੀ ਓਨਲੀ ਕੰਡੀਸ਼ਨ ਆਫ ਬੀਇੰਗ ਅ ਡਿਸਾਈਪਲ ਡਿਸਾਈਪਲ ਹੁੰਦਾ ਹੈ ਜਿਹੜਾ ਆਪਣਾ ਚੇਲਾ ਹੈਗਾ ਵਿਦਿਆਰਥੀ ਹੈਗਾ ਫਾਲੋਅਰ ਹੈਗਾ ਜਾਂ ਮੁਰਿੱਦ ਹੈਗਾ ਕਹਿੰਦੇ ਇੱਕੋ ਹੀ ਸ਼ਰਤ ਹੈਗੀ ਏ ਕਿ ਡਿਸਾਈਪਲਸ ਮਾਡਲਿੰਗਾ ਕਰੈਕਟਰ ਵੀ ਜਿਹੜਾ ਇਹ ਧਰਮ ਨੂੰ ਫੋਲੋ ਕਰ ਰਿਹਾ ਹੈ ਉਹ ਆਪਣੇ ਕਿਰਦਾਰ ਨੂੰ ਘੜੇ ਐਟ ਵਾਂਸ ਦੀ ਦੀ ਬ੍ਰੌਡੈਸਟ ਐਂਡ ਦੀ ਮੋਸਟ ਇੰਟੈਂਸ ਤੇ ਉਹ ਕਿਰਦਾਰ ਬੜਾ ਬਿਲਕੁਲ ਖੁਭਵਾ ਹੋਵੇ ਬੜਾ ਖੁਭਕੇ ਕਰੇ ਤੇ ਬੜੇ ਵਿਸ਼ਾਲ ਹਿਰਦੇ ਵਾਲਾ ਕਰੇ ਨੋ ਡੂ ਇਨਸਿਸਟ ਅਪਨ ਪਾਰਟਿਕੂਲਰ ਕੋਡਸ ਆਫ ਮੋਰੈਲਟੀ ਤੇ ਕਹਿੰਦੇ ਨਾ ਹੀ ਅਸੀਂ ਇਸ ਗੱਲ ਤੇ ਜ਼ੋਰ ਦਿੰਨੇ ਆ ਕਿ ਕਿਸੇ ਖਾਸ ਕਿਸਮ ਦੀ ਮर्यादा ਬਣਾਈ ਜਾਵੇ ਮੋਰੈਲਿਟੀ ਦੀ ਨੈਤਿਕਤਾ ਦੀ ਐਸ ਟੂ ਕੰਡਕਟ ਵੀ ਕਿਵੇਂ ਆਪਣਾ ਵਿਹਾਰ ਕਰਨਾ ਹੈ ਕਰੈਕਟਰ ਕਿਵੇਂ ਦਾ ਕਰੈਕਟਰ ਹੋਵੇ ਈਟਿੰਗ ਕੀ ਖਾਣਾ ਕੀ ਨਹੀਂ ਪਾਣਾ ਐਂਡ ਡਰਿੰਕਿੰਗ ਕੀ ਪੀਣਾ ਕੀ ਨਹੀਂ ਪੀਣਾ ਐਕਸੈਪਟ ਸੋ ਫਾਰ ਐਜ਼ ਇਟ ਇੰਜਰਸ ਅਦਰਸ ਬਸ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਇਹ ਜਿਹੜੀ ਚੀਜ਼ਾਂ ਨੇ ਜੜੀਆਂ ਅਸੀਂ ਆਪਣਾ ਕਰਦੇ ਆ ਉਹਦੇ ਨਾਲ ਕਿਸੇ ਦੂਜੇ ਨੂੰ ਕੋਈ ਕਸ਼ਟ ਨਾ ਪਹੁੰਚੇ ਹੁਣ ਪਰਚਾ ਦੇਖੋ ਇਹ ਸਾਰੀਆਂ ਗੱਲਾਂ ਵਿੱਚ ਲੈ ਲਈਆਂ ਅਰ ਤੁਸੀਂ ਦੇਖੋ ਜੇ ਅਸੀਂ ਬੜੇ سارے ਸ਼ਬਦ ਵਰਤਾਂਗਾ ਤੇ ਵੱਡੇ ਵੱਡੇ ਸੈਂਟੈਂਸਾਂ ਨੂੰ ਕਿਦਾਂ ਅਸੀਂ ਇੱਕ ਛੋਟੇ ਛੋਟੇ ਸ਼ਬਦਾਂ ਦੇ ਨਾਲ ਅਸੀਂ ਇਹ ਪ੍ਰੈਸੀ ਤਿਆਰ ਕਰਾਂਗੇ ਆਓ ਦੇਖਣ ਨੂੰ ਪ੍ਰੈਸੀ ਤਿਆਰ ਇਹ ਬੱਲੇ ਤੇ ਅਸੀਂ ਇਹ ਖਰੜਾ ਤਿਆਰ ਕਰ ਲਿਆ ਜਿਹੜੀਆਂ ਅੰਡਰਲਾਈਨ ਵਾਲੀਆਂ ਲਾਈਨਾਂ ਕੀਤੀਆਂ ਉਹਨਾਂ ਨੂੰ ਇਕੱਠਾ ਕਰ ਲਿਆ ਹੁਣ ਸਾਡਾ ਕੰਮ ਇਹਨਾਂ ਸੌਖਾ ਹੋ ਜਾਏਗਾ ਜਿਹੜੀ ਵਾਧੂ ਦੀਆਂ ਗੱਲਾਂ ਸੀ ਅਸੀਂ ਕੱਢ ਦਿੱਤੀਆਂ ਜਿਹੜੀ ਅਸੀਂ ਅੰਡਰਲਾਈਨ ਕੀਤੀਆਂ ਉਹ ਰੱਖ ਲਈਆਂ ਹੁਣ ਇਹਨੂੰ ਦੇਖ ਕੇ ਜਿਹੜੀ ਪ੍ਰੈਸੀ ਕਰ ਦਿੱਤੀ ਜਾਏਗੀ ਸਾਡਾ ਕੰਮ ਸੌਖਾ ਹੋ ਜਾਏਗਾ ਤੇ ਆਹ ਲੋ ਜੀ ਤੁਹਾਡੀ ਪ੍ਰੈਸੀ ਤਿਆਰ ਹੋ ਗਈ ਇਹਦਾ ਅਸੀਂ ਸਿਰਲੇਖ ਦਿੱਤਾ ਹੈ ਰਿਲੀਜਨ ਠੀਕ ਹੈ ਫਰਵਰ ਫਰਵਰ ਹੁੰਦਾ ਹੈ ਜਜ਼ਬਾ ਜੋਸ਼ ਮਿਲਿ ਖੁੱਬ ਜਿਹੜੀ ਹੁੰਦੀ ਹੈ ਭੀ ਇੱਕ ਜਜ਼ਬਾ ਹੁੰਦਾ ਹੈ ਫਰਵਰ ਐਂਡ ਨਾਨ ਸੈਕਟੇਰੀਅਨਿਜ਼ਮ ਉਥੇ ਕਿ ਨਾਨ ਸੈਕਟੇਰੀਅਨ ਸੈਕਟ మేਕ ਅ ਰਿਲੀਜਨ ਇਫੈਕਟਿਵ ਐਂਡ ਯੂਨੀਵਰਸਲ ਹੁਣ ਦੇਖੋ ਸਾਰੀ ਗੱਲ ਇੱਕ ਲਾਈਨ ਦੇ ਵਿੱਚ ਆ ਗਈ ਜਿਹੜੀ ਗੱਲ ਉਹ ਤਿੰਨ ਸੈਂਟੈਂਸਾਂ ਵਿੱਚ ਕਹੀ ਸੀਗੀ ਸੋ ਫਰਵਰ ਐਂਡ ਨਾਨ ਸੈਕਟੇਰੀਅਨਿਜ਼ਮ మేਕ ਅ ਰਿਲੀਜਨ ਇਫੈਕਟਿਵ ਐਂਡ ਯੂਨੀਵਰਸਲ ਫਿਰ ਵਨ ਕੈਨ ਰੀਅਲਾਈਜ਼ ਦੀ ਓਮਨੀਪ੍ਰੈਸੈਂਟ ਓਮਨੀਪ੍ਰੈਸੈਂਟ ਦਾ ਮਤਲਬ ਹੁੰਦਾ ਹੈ ਸਰਵ ਵਿਆਪਕ ਜੋ ਹਰ ਥਾਂ ਮੌਜੂਦ ਹੈਗਾ ਉਹਨੂੰ ਕਿਹਾ ਜਾਂਦਾ ਹੈ ਓਮਨੀਪ੍ਰੈਸੈਂਟ ਸੋ ਵਨ ਕੈਨ ਰੀਅਲਾਈਜ਼ ਦੀ ਓਮਨੀਪ੍ਰੈਸੈਂਟ ਗੋਡ ਥਰੂ ਅ ਨੋਬਲ ਹਿਊਮਨ ਕੈਰੈਕਟਰ ਇੱਕ ਮਹਾਨ ਮਨੁੱਖੀ ਕਿਰਦਾਰ ਰਾਹੀਂ ਸਰਵ ਵਿਆਪੀ ਪਰਮਾਤਮਾ ਨੂੰ ਸਮਝਿਆ ਜਾ ਸਕਦਾ ਹੈ ਕਹਿੰਦੇ ਰਾਮਾ ਕ੍ਰਿਸ਼ਨਸ ਕੈਰੈਕਟਰ ਵਾਸ ਵਨ ਸੱਚ ਰਾਮਾ ਕ੍ਰਿਸ਼ਨ ਦਾ ਕੈਰੈਕਟਰ ਇੱਕ ਐਹੋਜਾ ਕੈਰੈਕਟਰ ਸੀ ਤੇ ਕਹਿੰਦੇ ਫਰੀडम ਆਫ ਐਕਸਪ੍ਰੈਸ਼ਨ ਐਕਸਪ੍ਰੈਸ਼ਨ ਦੇ ਵਿੱਚ ਥਾਟ ਵੀ ਆ ਗਈ ਵਿਚਾਰ ਵੀ ਆ ਗਿਆ ਤੇ ਕਰਮ ਵੀ ਆ ਗਿਆ ਤੇ ਲਿਖਣਾ ਵੀ ਆ ਗਿਆ ਬਚਨ ਵੀ ਆ ਗਏ ਸੋ ਫਰੀडम ਆਫ ਐਕਸਪ੍ਰੈਸ਼ਨ ਐਂਡ ਸਿਮਿਲਰ ਰਾਈਟਸ ਫਾਰ एवरीवन ਤੇ ਹਰ ਕਿਸੇ ਲਈ ਇੱਕੋ ਜਿਹੇ ਹੱਕ ਆਰ ਆਲਸੋ ਏਸੈਂਸ਼ੀਅਲ ਐਵਰੀਬਾਡੀ ਜ਼ਰੂਰੀ ਨੇ ਫਿਰ ਮਨੁੱਖੀ ਕਿਰਦਾਰ ਜਿਹੜਾ ਹੈ ਉਹਦੇ ਵਿੱਚੋਂ ਵੀ ਤੇ ਉਹਦੀ ਕਿਰਦਾਰ ਦੀਆਂ ਗੱਲਾਂ ਹੈਗੀਆਂ ਫਿਰ ਰਿਜੈਕਟਿੰਗ ਡੋਗਮਾ ਡੋਗਮਾ ਹੁੰਦਾ ਬੱਚਿਓ ਇੱਕ ਲਿਖਤੀ ਮਰਿਆਦਾ ਜਿਹੜਾ ਕਿ ਹਾਂ ਇਦਾਂ ਹੀ ਹੋਏਗਾ ਇਹੀ ਸੱਚ ਹੈ ਹੋਰ ਕੋਈ ਸੱਚ ਨਹੀਂ ਹੈਗਾ ਜਿਹੜਾ ਉਹਨੇ ਕਿਹਾ ਨਾ he would do not insist on any particular uh, code of uh, conduct or uh, regarding to drinking and eating and all that so no sectarian dogma rejecting dogma ve dogma nu reject kar dena empathy empathy hunda hai ki jidda ohna ne keha na as to malki uh, if it does not injure others empathy hunda hai dooje de prati bhavna samvedanshilta rakhni malki jo main sochda jo main karda jidda main vihar karda ਐ ਸੋਚ ਕੇ ਕਰਨਾ ਕਿ ਇਹਦਾ ਦੂਜੇ ਤੇ ਕੀ ਅਸਰ ਪਏਗਾ ਦੂਜੇ ਨੂੰ ਕਸ਼ਟ ਤੇ ਨਹੀਂ ਹੋਏਗਾ ਉਸ ਭਾਵਨਾ ਨੂੰ ਕਿਹਾ ਜਾਂਦਾ ਇਮਪੈਥੀ ਇਨਕਲੂਸਿਵਿਟੀ ਇਨਕਲੂਸਿਵਿਟੀ ਨੂੰ ਕਹਿੰਦਾ ਵੀ ਵੀ ਰਿਜੈਕਟ ਨਨ ਮੋਨਿਸਟ ਆ ਜਾਏ ਥੀਸਟ ਆ ਜਾਏ ਐਥੀਸਟ ਆ ਜਾਏ ਇਨਕਲੂਸਿਵਿਟੀ ਹੁੰਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇਹ ਐਕਸਕਲੂਸਿਵਿਟੀ ਦਾ ਉਲਟਾ ਹੁੰਦਾ ਐਕਸਕਲੂਸਿਵਿਟੀ ਹੁੰਦੀ ਹੈ ਜਿਹਦੇ ਵਿੱਚ ਇੱਕ ਗਰੁੱਪ ਹੁੰਦਾ ਤੇ ਬਾਕੀ ਨੂੰ ਬਾਹਰ ਲੰਬੇ ਕਰ ਦਿੱਤਾ ਜਾਂਦਾ ਸੋ ਇਨਕਲੂਸਿਵਿਟੀ ਹੁੰਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਕਿਰਿਆ ਐਂਡ ਗਰੂਮਿੰਗ ਵਾਂਸ ਬੀਇੰਗ ਬੀਇੰਗ ਮੈਨੇ ਆਪਣੀ ਹੋਂਦ ਨੂੰ ਗਰੂਮ ਕਰਨਾ ਘੜਨਾ ਵਧੀਆ ਕਰਨਾ ਆਰ ਮੋਰ ਸਿਗਨੀਫੀਕੈਂਟ ਦੈਨ ਐਨ ਇਜ਼ਮ ਇਜ਼ਮ ਮੈਨੇ ਹੁੰਦਾ ਵਾਦ ਜਿਦਾਂ ਫਲਾਨਾ ਵਾਦ ਉਹ ਕਹਿੰਦੇ ਮੋਨੀਜ਼ਮ ਪੈਂਥੀਜ਼ਮ ਪੋਲੀਜ਼ਮ ਐਗਨੋਸਟਿਜ਼ਮ ਐਥੀਜ਼ਮ ਥੀਜ਼ਮ ਇਹ ਜਿਹੜੀਆਂ ਗੱਲਾਂ ਨੇ ਵੀ ਐ ਇਜ਼ਮ ਵੀ ਵੱਖਰੇ ਵੱਖਰੇ ਜਿਹੜੇ ਹੈਗੇ ਨੇ ਇਹ ਜਿਆਦਾ ਮਹੱਤਵਪੂਰਨ ਨਹੀਂ ਹੈਗੇ ਇਹੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਬੰਦਾ ਆਪਣਾ ਜਿਹੜੀ ਘੜਤ ਹੈਗੀ ਹੈ ਘੜੇ ਤੇ ਉਹਦੇ ਵਿੱਚ ਇਮਪੈਥੀ ਹੋਵੇ ਰੀਜੈਕਟਿੰਗ ਆਫ ਡੋਗਮਾ ਹੋਵੇ ਇਨਕਲੂ্সিਵਿਟੀ ਹੋਵੇ ਤੇ ਸਿਮਲਰ ਰਾਈਟਸ ਸਾਰਿਆਂ ਦੇ ਬਰਾਬਰ ਦੇ ਹੱਕ ਨੇ ਤੇ ਫਰੀडम ਆਫ ਐਕਸਪ੍ਰੈਸ਼ਨ ਹਰ ਕਿਸੇ ਨੂੰ ਆਪਣਾ ਵਿਚਾਰ ਰੱਖਣ ਦੀ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੋਵੇ ਤੇ ਜੇ ਕੋਈ ਮੇਰੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਵੀ ਹੈਗਾ ਤੇ ਐ ਨਹੀਂ ਕਿ ਮੈਂ ਉਹਨੂੰ ਉਹਨਾਂ ਲੜਨ ਲੱਗ ਜਾਵਾਂ ਉਹਨੂੰ ਮਾਰਨ ਵੱਢਣ ਲੱਗ ਜਾਵਾਂ ਹਨਾ ਇਸ ਤਰ੍ਹਾਂ ਦੀ ਬਨਕੀ ਗੱਲ ਨਹੀਂ ਹੈਗੀ ਸੋ ਇਹ ਬੱਚਿਓ ਜਿਹੜਾ ਜੋ ਪੈਰਾਗ੍ਰਾਫ ਸੀ ਉਹਦੀ ਜਸਟ ਉਹਦੀ ਐਪ੍ਰੈਸੀ ਸੀ ਪੰਜ ਲਾਈਨਾਂ ਦੇ ਵਿੱਚ 1 2 3 4 5 ਵਿੱਚ ਸਾਡੀ ਹੈ ਚਾਰ ਹੋ ਗਈ। ਸੋ ਇਸ ਦੇ ਨਾਲ ਹੀ ਪਿਆਰੇ ਵਿਦਿਆਰਥੀਓ ਤੁਹਾਡਾ ਇਹ ਵਾਲਾ ਲੈਸਨ ਜਿਹੜਾ ਹੈ ਪ੍ਰੈਸੀ ਰਾਈਟਿੰਗ ਇਥੇ ਸਮਾਪਤ ਹੁੰਦਾ ਹੈ ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।